ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਦੋ ਬਜ਼ੁਰਗ ਵਿਅਕਤੀਆਂ ਦੇ ਕੋਲੋਂ ਨਾਕੇ ਦੌਰਾਨ 4.5 ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। SPD ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਕਿਹਾ ਕਿ ਇਹਨਾਂ ਵਿੱਚੋਂ ਹਰਦੀਪ ਸਿੰਘ ਨਾਂ ਦਾ ਵਿਅਕਤੀ ਪਹਿਲਾਂ ਵੀ 2.5 ਕਿਲੋ ਅਫੀਮ ਨਾਲ ਫੜੇ ਜਾਣ ਤੋਂ ਬਾਅਦ 8 ਸਾਲ ਸਜ਼ਾ ਕੱਟ ਰਿਹਾ ਹੈ। ਉਹ ਹੁਣ ਜ਼ਮਾਨਤ 'ਤੇ ਆਇਆ ਹੋਇਆ ਹੈ। ਇਹਨਾਂ ਦੋਵਾਂ ਨੂੰ ਨਾਕੇ ਦੌਰਾਨ ਫੜਿਆ ਗਿਆ। ਸੀ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਚੋਰਾਂ ਵਾਲੀ ਟੀ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ ਅਤੇ ਨਾਕੇ ਦੌਰਾਨ ਮੋਟਰਸਾਈਕਲ ਨੂੰ ਇੱਕ ਰੋਕ ਕੇ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਉਹਨਾਂ ਕੋਲੋਂ ਜਿਹੜੀ ਹੈਗੀ ਆ 4.5 ਕਿਲੋ ਅਫੀਮ ਹੋਣ ਦਾ ਸ਼ੱਕ ਹੋਇਆ, ਜਿਸ 'ਤੇ DSP ਸਾਹਿਬ ਰਵਿੰਦਰ ਸਿੰਘ ਕਾਹਲੋਂ, DSP ਸਾਹਿਬ ਫਤਿਹਗੜ੍ਹ ਸਾਹਿਬ ਮੌਕਾ 'ਤੇ ਪਹੁੰਚੇ। ਮੌਕਾ 'ਤੇ ਪਹੁੰਚ ਕੇ ਉਹਨਾਂ ਦੀ ਹਾਜ਼ਰੀ ਵਿੱਚ ਰਿਕਵਰੀ ਹੋਈ ਅਤੇ ਇਹ ਦੋਨੋਂ ਦੋਸ਼ੀ ਜਿਹੜੇ ਰਾਊਂਡ ਅਪ ਕੀਤੇ ਨੇ, ਇੱਕ ਹੈਗਾ UP ਦਾ ਜਾਨਕੀ ਪ੍ਰਸ਼ਾਦ, ਦੂਜਾ ਹਰਦੀਪ ਸਿੰਘ ਹੈਗਾ ਇਹ ਭਾਦਸੋਂ ਥਾਣੇ 'ਚ, ਇਹਦਾ ਪਿੰਡ ਪੈਂਦਾ, ਅਤੇ ਜਿਹੜਾ ਹਰਦੀਪ ਹੈ ਇਹਦੇ 'ਤੇ ਪਹਿਲਾਂ ਵੀ ਮੁਕੱਦਮਾ ਇੱਕ ਦਰਜ ਆ ਉੱਥੇ ਆਪਣਾ 70 ਨੰਬਰ ਮੁਕੱਦਮਾ ਹੈਗਾ ਸਿਟੀ ਰਾਜਪੁਰਾ ਵਿਖੇ, ਜਿਹਦੇ ਵਿੱਚ ਇਹਨੂੰ 8 ਸਾਲ ਦੀ ਸਜ਼ਾ ਹੋਈ ਹੈ ਅਤੇ ਹੁਣ ਇਹ ਬੇਲ 'ਤੇ ਸੀਗਾ, 4 ਸਾਲ ਦੀ ਸਜ਼ਾ ਕੱਟਿਆ ਅਤੇ ਹੁਣ ਇਹ ਬੇਲ 'ਤੇ ਸੀ, ਹਜੇ ਵੀ ਇਹਦਾ ਜਿਹੜੀ ਹੈਗੀ ਆ ਅਪੀਲ ਪਾਈ ਹੋਈ ਆ। ਪਰ ਇਹ ਆਦਤ ਮਤਲਬ ਹੈਬਚੁਅਲ ਜਿਹੜੇ ਇਹ ਜੁਰਮ ਕਰਦੇ ਰਹੇ ਨੇ, ਪਹਿਲਾਂ ਕਾਫੀ ਪੁਰਾਣੇ ਸਮੇਂ ਤੋਂ ਇਹ ਅਫੀਮ ਵੇਚਣ ਦਾ ਧੰਦਾ ਕਰਦੇ ਨੇ ਅਤੇ ਇਹਨਾਂ ਨੂੰ ਰਾਊਂਡ ਅਪ ਕਰਕੇ ਸਾਡੇ CA ਸਟਾਫ ਵੱਲੋਂ ਅਤੇ ਆਪਣੇ DSP ਰਵਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਜਿਹੜੀ ਇਹ ਰਿਕਵਰੀ ਕੀਤੀ ਹੈ ਅਤੇ ਇਹਦੇ ਵਿੱਚ ਹੋਰ ਵੀ ਕਾਫੀ ਵੱਡੇ ਇਨਸਾਫ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਆ ਅਤੇ ਅੱਜ ਇੱਥੇ ਪਰਚਾ ਦਰਜ ਕਰਕੇ ਜਿਹੜੀ ਇਹਦੀ ਤਫਤੀਸ਼ ਅੱਗੇ ਅਮਲ 'ਚ ਲਿਆਵਾਂਗੇ, ਤਾਂ ਜਿਹੜੀ ਕਾਰਵਾਈ ਹੋਊਗੀ, ਜੋ ਜੋ ਵੀ ਇਨਸਾਫ ਹੋਣਗੇ ਉਹਦੇ ਉੱਤੇ ਕਾਰਵਾਈ ਕੀਤੀ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਜੀ ਪਟਿਆਲਾ ਸਾਈਡ ਤੋਂ ਆ ਰਹੇ ਸੀ, ਇਹਨਾਂ ਨੇ ਅੱਗੇ ਉਹ ਪੁੱਛ ਕੇ ਨਾਮ ਪਤਾ ਲੱਗੂ ਕਿੱਥੇ ਜਾ ਰਹੇ ਸੀ, ਕਿਹੜੇ ਕਿਹੜੇ ਲੈ ਕੇ ਕਿੱਥੋਂ ਆ ਰਹੇ ਸੀ, ਲਿਆਂਦੀ ਕਿੱਥੋਂ ਆ ਰਹੀ? ਲਿਆਂਦੀ ਹਾਲੇ ਪੁੱਛਾਂਗੇ, ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ, ਇਨਵੈਸਟੀਗੇਸ਼ਨ 'ਚ ਆਊਗਾ ਵੀ ਕਿੱਥੋਂ ਹੈਗਾ ਇਹ। ਆਊਟ ਆਫ ਸਟੇਟ ਤੋਂ ਹੀ ਆਈ ਆ ਬੇਸਿਕਲੀ, ਇਹਦਾ ਨੈਕਸਟ ਜਿਹੜਾ ਓਰੀਜਨ ਕੀ ਆ ਉਹਦਾ ਬਿਲਕੁਲ ਵੈਰੀਫਾਈ ਕਰ। ਕੀ ਕੋਈ ਪੁਲਿਸ ਰਿਮਾਂਡ ਮਿਲਿਆ ਉਹਨਾਂ ਦਾ ਜੀ? ਹਾਲੇ ਪੇਸ਼ ਕਰਨ ਵਾਲੇ ਪਰਚਾ ਹੀ ਦਿੱਤਾ, ਰਿਕਵਰੀ ਹੋਈ ਆ ਹਾਲੇ। ਕੱਲ੍ਹ ਪੇਸ਼ ਕੀਤਾ? ਕੱਲ੍ਹ ਪੇਸ਼ ਕਰਕੇ ਫਿਰ ਰਿਮਾਂਡ ਲੈ ਕੇ ਜਿਹੜੇ ਹੈਗੇ ਨੇ ਹੋਰ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ। ਕਿੱਥੇ ਕਿੱਥੇ ਭੇਜਦੇ ਸੀ ਜੀ? ਨਹੀਂ ਹਾਲੇ ਪ੍ਰੀਲਿਮਿਨਰੀ ਸਟੇਜ 'ਤੇ ਹੈਗੀ ਆ, ਹਾਲੇ ਵੈਰੀਫਾਈ ਕਰਾਂਗੇ।